ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸੇਵਕ ਕੋ ਸੇਵਾ ਬਣਾਈ, ਹੁਕਮ ਬੂਝ ਪਰਮ ਪਦ ਪਾਈ। ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਚੌਂਕ ਵਿਖੇ ਸਤ ਕਰਤਾਰ ਨਸ਼ਾ ਛਡਾਊ ਕੇਂਦਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਡਾਕਟਰ ਯਤਰੀ ਮਿੱਤਰ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ, ਜੋ ਇਹ ਬੱਚੇ ਨਸ਼ਾ ਦੇ ਵਿੱਚ ਪੈ ਗਏ ਨੇ, ਨਸ਼ਾ ਛਡਾਉਣ ਦੇ ਲਈ ਬੜਾ ਵੱਡਾ ਉਪਰਾਲਾ ਕਰਕੇ, ਜੋ ਮੇਰੇ ਕੁਝ ਵੀਰ ਗੜੇ ਦੇ ਨਸ਼ੇ ਵਿੱਚ ਪਏ ਸਨ, ਉਹਨਾਂ ਨੂੰ ਛਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਗ੍ਹਾ ਜਗ੍ਹਾ 'ਤੇ ਇਹ ਕੈਂਪ ਲਗਾ ਰਹੇ ਨੇ ਕਿ ਜੋ ਬੱਚੇ ਹਨ ਨਸ਼ਾ ਛੱਡ ਜਾਣ ਅਤੇ ਆਪਣੇ ਮਾਤਾ ਪਿਤਾ ਦੀ, ਆਪਣੇ ਘਰ ਦੀਆਂ ਸੇਵਾ ਕਰਨ। ਸੋ ਇਹਨਾਂ ਦਾ ਅਸੀਂ ਆਪਣੇ ਇਲਾਕੇ ਵੱਲੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਕੇਸਰੀ ਮਿੱਤਲ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ, ਜੋ ਸਤਿ ਕਰਤਾਰ ਨਸ਼ਾ ਛਡਾਊ ਕੇਂਦਰ ਹੈ, ਉਹਨਾਂ ਦੀ ਸਾਰੀ ਟੀਮ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਇਸੇ ਬਿਨਾਂ ਇਹ ਸਮਾਜ ਦੀ, ਇਲਾਕੇ ਦੀ ਅਤੇ ਪੰਜਾਬ ਦੀ ਵੱਧ ਚੜ੍ਹ ਕੇ ਸੇਵਾ ਕਰਨ। ਸਾਰਿਆਂ ਦਾ, ਜੋ ਆਪ ਜੀ ਸਮਾਂ ਕਰਕੇ ਇੱਥੇ ਆਏ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਤੌਰ 'ਤੇ ਬਿੱਟੂ ਦਾ ਧੰਨਵਾਦ ਹੈ, ਜਿਹਨੇ ਇੱਕ ਬੜਾ ਉਪਰਾਲਾ ਕੀਤਾ ਹੈ, ਸ਼ਲਾਘਾਯੋਗ ਉਪਰਾਲਾ ਹੈ, ਜੋ ਸਾਡੇ ਬੱਚੇ ਨਸ਼ੇ ਪੱਤਿਆਂ 'ਚ ਪੈ ਗਏ ਨੇ ਉਹਨਾਂ ਨੂੰ ਛਡਾਉਣ ਦਾ ਇਹ ਮੇਰੇ ਵੀਰ ਨੇ ਉਪਰਾਲਾ ਕੀਤਾ ਹੈ। ਸਾਰਿਆਂ ਦਾ ਦੁਆਰਾ ਫਿਰ ਮੈਂ ਆਪਣੇ ਵੱਲੋਂ, ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਰੱਬ ਦਿਆਲ ਭਗਤ ਕੌਂਸਲਰ ਸਾਡੇ ਇਲਾਕੇ ਦੇ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀ ਇੱਥੇ, ਉਹਨਾਂ ਵੱਲੋਂ ਡਾਕਟਰ ਗਿੱਤਰੀ ਮਿੱਤਲ ਜੀ ਦਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਵੈਰੀ ਮਚ। ਅਗਰ ਹਮ ਲੋਕ ਪੰਜਾਬ ਮੇਂ ਨਸ਼ੇ ਕਾ ਉਹ ਦੇਖੇ तो करीबन 3 करोड़ जनसंख्या है हमारे पंजाब की, उसमें करीबन 2.5 लाख युवा जो है वो अब आज नशे की चपेट में है। उसमें भी अगर हम देखें तो 15 से 35 साल वर्ष का जो युवा, मेन जो रोजगार वाला जो युवा होता है, जिससे मेन इनकम होती है, वो आज नशे के उसमें है। और नशे में भी हीरोइन जो सबसे महंगा और सबसे ज़्यादा खतरनाक नशा होता है, उसकी चपेट में है। जो हमारा सत्कर्ता नशा छुड़ाओ केंद्र है, यहाँ पे ना आपको काम छोड़ने की ज़रूरत है, ना कुछ करने की ज़रूरत है। ओपीडी बेस पर हम लोग ट्रीटमेंट करते हैं, ना कोई दर्द होता है, ना कोई तकलीफ़ होती है, ना कोई फीस ले रहे हैं हम लोग। सिर्फ रजिस्ट्रेशन का 50 रुपये चार्ज है और दवाइयों का चार्ज है। यहाँ काउंसलिंग फ्री है, कंसल्टेशन फ्री है, सब कुछ फ्री है। थैंक यू जी, आप हमारे काउंसलर के दोस्त सकते हैं। जो नशा है वह हौली हौली जिहड़ी साडी यंग जनरेशन है उन्हूं खा रहा है। अजकल दी जनरेशन नूं इह लग रहा है कि असी पैसे दे के नशा लै रहे हाँ, पर उन्हां नूं इह नहीं समझ आ रहा कि असी पैसे दे के अपनी मौत खरीद रहे हाँ। जिहड़ा नशा है तुहानूं अंदरों अंदरी घोड़ वांगू खाई जा रहा है, इस करके वह सिर्फ सानूं इह लगदा है कि वह सानूं ਰਿਲੀਫ ਦੇ ਰਿਹਾ ਹੈ, ਆਰਾਮ ਦੇ ਰਿਹਾ ਹੈ, ਪਰ ਉਹ ਹੌਲੀ ਹੌਲੀ ਸਾਡੇ ਹੌਸਲੇ ਨੂੰ ਮਾਰ ਰਿਹਾ ਹੈ। ਜਿਹੜਾ ਇਨਸਾਨ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ, ਤੁਸੀਂ ਉਹਨੂੰ 2 ਮਹੀਨੇ ਬਾਅਦ ਦੇਖ ਲਿਓ, ਉਹਦੇ 'ਚ ਕਿੰਨਾ ਡਿਫਰੈਂਸ ਆ ਜਾਂਦਾ ਹੈ, ਚੇਂਜ ਆ ਜਾਂਦਾ ਹੈ। ਨਾ ਉਹਦੇ 'ਚ ਕੋਈ ਉਮੀਦ ਰਹਿੰਦੀ ਹੈ, ਨਾ ਉਹਦੇ 'ਚ ਕੋਈ ਤਾਕਤ ਰਹਿੰਦੀ ਹੈ,
ਅਤੇ ਨਾ ਹੀ ਉਹ ਕਿਸੇ ਨਾਲ ਖੜਾ ਹੋ ਕੇ ਗੱਲ ਕਰ ਸਕਦਾ ਹੈ। ਇਸ ਕਰਕੇ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਇਸ ਜੋ ਕੋਲ ਹੌਲੀ ਹੌਲੀ ਅੱਜ ਦੇ ਯੁਵਾ ਪੀੜ੍ਹੀ ਨੂੰ ਲੱਗ ਰਿਹਾ ਹੈ ਉਸ ਨੂੰ ਆਪਾਂ ਸਾਰੇ ਮਿਲ ਕੇ ਹਟਾਈਏ ਤਾਂ ਜੋ ਅਸੀਂ ਪੰਜਾਬ ਨੂੰ ਇੱਕ ਸਾਫ਼ ਸੁਥਰਾ ਅਤੇ ਨਸ਼ੇ ਤੋਂ ਬਗੈਰ ਬਣਾ ਸਕੀਏ। ਧੰਨਵਾਦ। ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਖਾਲਸਾ ਇਲਾਕਾ ਕੌਂਸਲ ਪ੍ਰਭੂ ਦਿਆਲ ਭਗਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।